ਅੱਜ ਅਸੀਂ ਉੱਤਮ ਨਗਰ ਦੇ ਵਿੱਚ ਸਵੇਰੇ ਆਫਿਸ ਦਾ ਉਦਘਾਟਨ ਕੀਤਾ ਹੈ, ਕੈਂਪ ਲਗਾਇਆ ਹੈ। ਪਰਸੋਂ ਬਦਰਪੁਰ ਇਲਾਕੇ ਸੀਗਾ। ਅਸੀਂ ਦਿੱਲੀ 'ਚ 10 ਤੋਂ ਵੱਧ ਆਫਿਸਿਸ ਖੋਲ੍ਹੇ ਨੇ ਮਿਨੋਰਟੀ ਦੇ, ਔਰ ਉਸ ਤੋਂ ਇਲਾਵਾ ਅਸੀਂ ਸਿੰਘ ਸਭਾਵਾਂ ਜਾ ਕੇ ਅਸੀਂ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗ ਔਰਗਨਾਈਜ਼ ਕਰਕੇ ਉਹਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਜਾਣੂ ਕਰਾ ਰਹੇ ਹਾਂ ਕਿ ਸਰਕਾਰ ਕੀ ਬੈਨੀਫਿਟ ਦੇ ਰਹੀ ਹੈ ਔਰ ਉਹਦਾ ਕਿਵੇਂ ਫਾਇਦਾ ਚੁੱਕਣਾ ਚਾਹੀਦਾ। ਅਤੇ ਸਿਚੁਏਸ਼ਨ ਇਹ ਹੈ, ਮੈਨੂੰ ਉਮੀਦ ਹੈ ਕਿ ਜਿਵੇਂ ਮੇਰੇ ਤੋਂ ਪਹਿਲੇ ਕਮੇਟੀ ਨੇ ਸਿਰਫ 35 ਲੱਖ ਦਾ ਫਾਇਦਾ ਚੁੱਕਿਆ ਸੀ, ਪਿਛਲੀ ਸਾਲ ਜਿਹੜਾ ਨਿਕਲਿਆ ਅਸੀਂ 13 ਕਰੋੜ 47 ਲੱਖ ਦੀਆਂ ਫੀਸਾਂ ਮਾਫ਼ ਕਰਾਈਆਂ। ਐਤਕੀ ਅਸੀਂ 25 ਕਰੋੜ ਨੂੰ ਟੱਚ ਕਰਨਾ ਚਾਹੀਦਾ, ਔਰ ਅਗਰ ਰੱਬ ਨੇ ਚਾਹਿਆ ਤਾਂ ਅਸੀਂ ਆਪਣੀ ਕਮਿਊਨਿਟੀ ਦੇ ਗਰੀਬ ਬੱਚਿਆਂ ਨੂੰ, ਮਿਨੋਰਟੀ ਕਮਿਊਨਿਟੀਜ਼ ਨੂੰ ਇਹਦਾ ਫਾਇਦਾ ਦਿਆਂਗੇ। ਅਸੀਂ ਆਲਰੇਡੀ ਸਾਡੀ ਟੀਮਾਂ ਜਿਹੜੀਆਂ ਨੇ ਕਾਨਪੁਰ ਔਰ ਅਲਵਰ ਰਾਜਸਥਾਨ ਦੇ ਵਿੱਚ ਹੋਈਆਂ ਨੇ, ਹੁਣ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਔਰ ਮਹਾਰਾਸ਼ਟਰਾ ਦੇ ਵਿੱਚ ਜਿੱਥੇ ਸਿੱਖਲੀ ਕਰ ਔਰ ਬੰਜਾਰਾ ਸਮਾਜ ਹੈ ਸਾਡਾ, ਉਹਨਾਂ ਨੂੰ ਐਜੂਕੇਟ ਕਰਨ ਦਾ ਅਸੀਂ ਸੋਚ ਰਹੇ ਹਾਂ।